लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है। जाने ही गीत है, लोग जाने ही गीत है। वाहे गुरु, वाहे गुरु, वाहे गुरु जी का खालसा, वाहे गुरु जी की फतेह। अंग है 197। गौड़ी महला पंजवा, जो प्राणी गोविंद त्यावै। गौड़ी महला पंजवा, गौड़ी महला पंजवा, जो प्राणी गोविंद त्यावै, जो प्राणी गोविंद त्यावै, पढ़िया अनपढ़िया परम गत पावै, सिमर गोपाल, साधु संग सिमर गोपाल, बिन नाम झूठा तन माल, बिन नाम झूठा तन माल, रूप बंत सो चतर सियाणा, रूप बंत सो चतर सियाणा, जिन जन मान्या प्रभु का पाणा, जिन जन मान्या प्रभु का पाणा, जग में आया सो परवान, जग में आया सो परवान, घट घट अपना स्वामी जान, घट घट अपना स्वामी जान, कहो नानक जाके पूरन भाग, कहो नानक जाके पूरन भाग, हर चरनी ताका मन लाग, हर चरनी ताका मन लाग। गौड़ी महला पंजवा, जो प्राणी गोविंद त्यावै, पढ़िया अनपढ़िया परमगत पावै। क्योंकि सवाल उठता है, उस वेले भी पंचम पातशाह कोले कीता होना किसी ने, भी जिहड़े नहीं पढ़ सकते जी, फिर उन्हां दा पार उतारा किवें होएगा। गुरु नानक पातशाह ने जप बाणी विच रोज पढ़ते हैं, सुनिया दीयां चार पौड़ियां अंकित कीतियां, जे पढ़ नहीं सकते सुनते सकते। कहते पवित सुनते पुनीत, कहिंदे सुनन वाले तां उस तों ज्यादा लाहा लै जांदे ने सब। इत्थे मगने जिहड़ा भी कोई भी है, भावें जो प्राणी, चाहे वह इस्त्री है चाहे वह पुरख है, कहिंदे जिहड़ा भी प्राणी उस गोविंद नूं हिरदे तों ध्याएगा, चाहे वह पढ़िया है चाहे अनपढ़िया, परमगत पावे उच्ची दस्तर प्राप्त कर लेगा। साधु संग सिमर गोपाल, इस करके गुरु का संग कर, उस गोपाल धरती पालना करने वाला वाहिगुरु का पुरख जो है उन्हें सिमरना कर। बिन नाम है झूठा तन माल, नाम तो बिना यह धन यह माल जो समझी बैठा है, यह सब कुछ झूठ का बनाता है, क्योंकि यह चीजा तेरे नाल नहीं जाननी। रहाओ रूपवंत सो चतुर सियाणा,
ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਕਹਿੰਦੇ ਉਹ ਹੀ ਸਭ ਤੋਂ ਸੋਹਣਾ ਹੈ, ਸਹੀ ਸੁੰਦਰ ਸੋਹਣੇ ਸਾਧ ਸੰਗਤ ਜੀ ਬਹਿਣ। ਅਤ ਸੁੰਦਰ ਕੁਨੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਤੇ ਮਾਲਕ ਨੇ ਹਰ ਬੰਦਾ ਚਾਹੁੰਦਾ ਕਿ ਮੈਂ ਸੋਹਣਾ ਹੋਵਾਂ, ਚਤੁਰ ਹੋਵਾਂ, ਚੁਲਾਕ ਹੋਵਾਂ। ਮਾਲਕ ਉਹ ਵੀ ਚਤੁਰ ਹੈ, ਉਹ ਹੀ ਰੂਪਵੰਤ ਹੈ, ਉਹ ਹੀ ਸਿਆਣਾ ਹੈ, ਜਿਸ ਨੇ ਜਨ ਬਣ ਕੇ ਸੇਵਕ ਬਣ ਕੇ ਉਸ ਪ੍ਰਭੂ ਦੇ ਭਾਣੇ ਨੂੰ ਮੰਨ ਲਿਆ। ਜਗ ਮੈਂ ਆਇਆ ਸੋ ਪ੍ਰਵਾਨ, ਘੱਟ ਘੱਟ ਆਪਣਾ ਸਵਾਮੀ ਜਾਣ। ਜਿਨ੍ਹਾਂ ਨੇ ਸਭਾ ਘੱਟ ਰਾਮ ਬੋਲੇ ਵਾਲੀ ਵਿਵਸਥਾ ਨੂੰ ਜਾਣਿਆ, ਜਿਨ੍ਹਾਂ ਨੇ ਇਹ ਗੱਲ ਨੂੰ ਸਮਝ ਲਿਆ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਸਾਰਿਆਂ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਇਸਦਾ ਚਾਨਣ ਸਭ ਮੈਂ ਚਾਨਣ ਹੋਏ। ਜਿਹਨਾਂ ਨੂੰ ਇਹ ਗੱਲ ਸਮਝ ਆ ਗਈ, ਪਾਤਸ਼ਾਹ ਕਹਿੰਦੇ ਭਾਈ ਉਸ ਸਵਾਮੀ ਨੂੰ ਹਰ ਜਗ੍ਹਾ ਜਾਣਿਆ, ਉਹਨਾਂ ਨੇ ਘੱਟ ਘੱਟ ਮੈਂ ਹਰਜੂ ਵਸੈ। ਜਿਹਨਾਂ ਨੂੰ ਇਹ ਗੱਲ ਸਮਝ ਆ ਗਈ, ਜਾਣ ਲਿਆ ਜਿਹਨਾਂ ਨੇ, ਕਹਿੰਦੇ ਜਗ ਵਿੱਚ ਆਏ, ਸੰਸਾਰ ਵਿੱਚ ਆਏ, ਉਹ ਪ੍ਰਵਾਨ ਨੇ, ਉਹ ਕਬੂਲ ਨੇ ਭਾਈ ਉਸ ਮਾਲਕ ਦੇ ਦਰ ਦੇ ਉੱਤੇ। ਕਹੋ ਨਾਨਕ ਜਾ ਕੇ ਪੂਰਨ ਭਾਗ, ਪੰਚਮ ਪਾਤਸ਼ਾਹ ਕਹਿੰਦੇ ਜਿਹਨਾਂ ਦੇ ਭਾਗ ਪੂਰੇ ਨੇ, ਮਨ ਬਚਨ ਕਰਮ ਕਰਕੇ ਉਸ ਨਾਲ ਜੁੜੇ ਹੋਏ ਨੇ, ਉਦਮੀ ਨੇ, ਹਰ ਚਰਨੀ ਤਾਂ ਕਾ ਮਨ ਲਾਗ, ਉਹਨਾਂ ਦਾ ਹੀ ਹਰੀ ਦੇ ਚਰਨਾਂ ਨਾਲ ਮਨ ਲੱਗਦਾ, ਜਿਹਨਾਂ ਦੇ ਭਾਗ ਨੇ ਸੰਪੂਰਨ ਨੇ ਜਿਹੜੇ ਉਸ ਮਾਲਕ ਦੀ ਜਿਹਨਾਂ ਉੱਤੇ ਕਿਰਪਾ ਹੈ। ਹਾਂਜੀ, ਗੌੜੀ ਮਹੱਲਾ ਪੰਜਵਾਂ, ਗੌੜੀ ਮਹੱਲਾ ਪੰਜਵਾਂ, ਅਕੇ ਦਾਸਿਉ ਸਾਕਤ ਨਹੀਂ ਸੰਗ, ਅਕੇ ਦਾਸਿਉ ਸਾਕਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ, ਉਹ ਬਿਖਈ ਉਸ ਰਾਮ ਕੋ ਰੰਗ, ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ, ਯੂੰ ਕਾ ਪੁਰਖ ਪੁਚਾਰੈ ਨਾਰੀ, ਬੈਲ ਕੋ ਨੇਤਰ ਪਾਏ ਦੁਹਾਵੈ, ਬਹੁ ਚਰ ਸਿੰਘ ਪਾਛੈ ਪਾਵੈ, ਆਡਰ ਲੇ ਕਾਮ ਤੇਨ ਕਰ ਪੂੰਜੀ, ਸੌਦੇ ਕੋ ਤਾਵੈ ਬਿਨ ਪੂੰਜੀ, ਨਾਨਕ ਰਾਮ ਨਾਮ ਜਪ ਜੀਤ, ਸਿਮਰ ਸਵਾਮੀ ਹਾਸਾ ਮੀਤ, ਸਿਮਰ ਸਵਾਮੀ ਹਾਸਾ ਮੀਤ। ਗੌੜੀ ਮਹੱਲਾ ਪੰਜਵਾਂ, ਹਰ ਕੇ ਦਾਸਿਓ ਸਾਕਤ ਨਹੀਂ ਸੰਗ, ਉਹ ਬੈਖਈ ਉਸ ਰਾਮ ਕੋ ਰੰਗ। ਸਾਕਤ ਦਾ, ਮਨਮੁਖ ਦਾ ਤੇ ਗੁਰਮੁਖ ਦਾ ਮੇਲ ਨਹੀਂ ਹੋ ਸਕਦਾ, ਸੱਚ ਤੇ ਝੂਠ ਇਕੱਠੇ ਨਹੀਂ ਚੱਲ ਸਕਦੇ, ਹਉਮੈ ਤੇ ਨਾਮ ਇਕੱਠੇ ਨਹੀਂ ਚੱਲ ਸਕਦੇ, ਚਾਨਣ ਤੇ ਹਨੇਰਾ ਇਕੱਠੇ ਨਹੀਂ ਚੱਲ ਸਕਦੇ। ਇੱਥੇ ਮਹਾਰਾਜ ਕਹਿੰਦੇ ਉਹਨਾਂ ਦਾ ਬੇਜੋੜ ਕੀ ਹੈ, ਕਿਵੇਂ ਹੋ ਸਕਦਾ ਜੋੜ ਸੰਸਾਰ ਵਿੱਚ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਵੇ, ਨਹੀਂ ਆਉਂਦਾ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ, ਹਰੀ ਜਿਹੜੇ ਦਾਸ ਨੇ, ਪਿਆਰੇ ਨੇ, ਉਹਨਾਂ ਦਾ ਸਾਕਤ ਕਹਿੰਦੇ ਨੇ ਸ਼ਕਤੀਆਂ ਦੇ ਪੁਜਾਰੀ ਨੂੰ, ਮਾਇਆ ਦੇ ਪੁਜਾਰੀ ਨੂੰ, ਉਹਨਾਂ ਦਾ ਕਹਿੰਦੇ ਇਸ ਤਰ੍ਹਾਂ ਦਾ ਸੰਗ ਕਿਵੇਂ ਹੋ ਸਕਦਾ। ਉਹ ਵਿਖਈ ਉਹਦੇ ਵਿਸ਼ਈ ਹੈ, ਭੈੜੇ ਪਾਸੇ ਨੂੰ ਜਾਣ ਵਾਲਾ, ਉਸ ਰਾਮ ਕੋ ਰੰਗ। ਆ ਜਿਹੜਾ ਭਗਤ ਹੈ, ਤੇਰਾ ਪਿਆਰਾ ਹੈ, ਉਹਦੇ ਪਰਮਾਤਮਾ ਨਾਮ ਦਾ ਰੰਗ ਕੱਢਿਆ ਹੋਇਆ,
ਉਹਦੇ ਨਾਲ ਕਿਵੇਂ ਜਾ ਸਕਦਾ, ਇਕੱਠੇ ਨਹੀਂ ਹੋ ਸਕਦੇ। ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ, ਜਿਉ ਕਾ ਪੁਰਖ ਪੁਚਾਰੈ ਨਾਰੀ। ਕਹਿੰਦੇ ਮਨ ਦੀ ਅਵਸਥਾ ਕੀ ਹੈ, ਖਿਆਲਾਂ ਦੇ ਘੋੜੇ ਦਲਾਉਂਦਾ ਜਿਵੇਂ ਘੋੜੀ ਸ਼ਿੰਗਾਰੀ ਹੋਵੇ, ਤਿਆਰ ਪਰ ਤਿਆਰ ਮਨ ਦੇ ਖਿਆਲ ਭਜਾਉਂਦਾ ਉੱਥੇ ਦੂਰ ਦੂਰ ਤੱਕ, ਮਕੇਰੀ ਲਾਲ ਕੇ ਹਸੀਨ ਸੁਪਨੇ ਉੱਥੇ ਆਪਣੇ ਆਪ ਬਣਾਉਂਦਾ ਰਹਿੰਦਾ, ਕੋਈ ਨਾ ਕੋਈ ਪੁਣਦਾ ਰਹਿੰਦਾ। ਜਿਵੇਂ ਕਾ ਪੁਰਖ ਭੈੜਾ ਪੁਰਖ ਹੋਰ ਔਰਤਾਂ ਨੂੰ ਭੈੜੀ ਨਿਗਾਹ ਨਾਲ ਵੇਖਦਾ ਹੈ, ਇਸ ਤਰ੍ਹਾਂ ਉਹਨਾਂ ਦੀ ਅਵਸਥਾ ਹੈ। ਬੈਲ ਕੋ ਨੇਤਰਾ ਪਾਏ ਦੁਹਾਵੈ, ਕਹਿੰਦੇ ਉਲਟੇ ਕੰਮ ਵੇਖੋ, ਬਲਦ ਨੂੰ ਨੇਤਰਾ ਪਾ ਕੇ ਚੋਣ ਦੀ ਕੋਸ਼ਿਸ਼ ਕਰਦਾ ਹੈ, ਗਾਂ ਨੂੰ ਤੇ ਨੇਤਰਾ ਪਾ ਕੇ ਚੋਇਆ ਜਾ ਸਕਦਾ, ਕਹਿੰਦੇ ਉਲਟ ਕੰਮ ਕਰਦਾ ਹੈ, ਸੰਸਾਰ ਤੋਂ ਉਲਟ ਕੰਮ। ਗਊ ਚੜ ਸਿੰਘ ਪਾਛੈ ਪਾਵੈ, ਸਿੰਘ ਜਿਹੜਾ ਸ਼ੇਰ ਹੈ ਹੰਕਾਰ, ਉਹ ਨਿਮਰਤਾ ਦੇ ਉੱਤੇ ਹਾਵੀ ਹੋ ਕੇ ਗਊ ਰੂਪੀ ਉੱਥੇ ਚੜ ਕੇ, ਕਹਿੰਦੇ ਇਸ ਕਰਕੇ ਉੱਥੇ ਦੌੜਦਾ ਪਿਆ, ਉਲਟਾ ਹੋਇਆ ਪਿਆ ਸਾਰਾ ਕੰਮ, ਕਹਿੰਦੇ ਸਾਰਾ ਕੁਝ ਓਪੋਜਿਟ ਇੱਕ ਦੂਜੇ ਲਈ। ਗਾਡਰ ਲੇ ਕਾਮ ਧੇਨ ਕਰ ਪੂਜੀ, ਗਾਡਰ ਕਹਿੰਦੇ ਨੇ ਭੇਡ ਨੂੰ, ਭੇਡ ਨੂੰ ਕਾਮ ਧੇਨ ਗਊ ਸਮਝ ਕੇ ਪੂਜੀ ਜਾਂਦਾ, ਉਲਟ ਕਾ ਕੰਮ ਕਰਦਾ। ਸੌਦੇ ਕੋ ਧਾਵੈ ਬਿਨ ਪੂੰਜੀ, ਜੇਬ ਚ ਪੈਸਾ ਕੋਈ ਨਹੀਂ ਤੇ ਬਾਜ਼ਾਰ ਜਾਂਦਾ ਕਿ ਮੈਂ ਸੌਦਾ ਖਰੀਦ ਲਿਆ ਆਉਂਦਾ। ਮੁਹਾਵਰਾ ਪੰਜਾਬੀ ਦਾ ਇੱਕ, ਕਿ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ, ਕਿਹਨੇ ਕਿਵੇਂ ਹੋ ਸਕਦਾ ਹੈ, ਪੱਲੇ ਕੁਝ ਹੈ ਨਹੀਂ, ਪੂੰਜੀ ਕਾਹਦੀ ਖਰੀਦੇਗਾ। ਕਹਿੰਦੇ ਮਨਮੁਖ ਦੀ ਇਹ ਹਾਲਤ ਮਾਰੇ ਦੱਸ ਰਹੇ ਨੇ। ਨਾਨਕ ਰਾਮ ਨਾਮ ਜਪ ਚੀਤ, ਪੰਜਵੇਂ ਨਾਮ ਪਾਤਸ਼ਾਹ ਕਹਿੰਦੇ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਹਰ ਰੋਜ਼ ਚੇਤੇ ਕਰ। ਸਿਮਰ ਸਵਾਮੀ ਹਰਸਾ ਮੀਤ, ਕਹਿੰਦੇ ਉਹ ਸਵਾਮੀ ਨੂੰ ਸਿਮਰ, ਉਹਦੇ ਵਰਗਾ ਮਿੱਤਰ ਨਹੀਂ ਕੋਈ, ਉਸ ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਮਿੱਤਰ ਨਹੀਂ ਹੈ ਦੁਨੀਆਂ ਉੱਤੇ, ਇਸ ਕਰਕੇ ਉਹਨੂੰ ਆਪਣਾ ਮਿੱਤਰ ਬਣਾ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਇਸ ਜਨ ਕੋ ਕਹੋ ਕਾ ਕੀ ਕਮੀ ਹੈ, ਦੱਸ ਆਏ ਨੇ ਪਿੱਛੇ ਮਹਾਰਾਜ ਪਿੱਛੇ। ਇਸ ਕਰਕੇ ਆਪਣਾ ਮਿੱਤਰ ਜੇ ਬਣਾਉਣਾ ਚਾਹੁੰਦਾ ਹੈ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਬਣਾ, ਉਹਨੂੰ ਸਿਮਰਨਾ ਕਰ। ਹਾਂਜੀ, ਗੌੜੀ ਮਹੱਲਾ ਪੰਜਵਾਂ, ਗੌੜੀ ਮਹੱਲਾ ਪੰਜਵਾਂ, ਸਾਮਤ ਨਿਰਮਲ ਕਹੀਅਤ ਧੀਰ, ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਵੀਰ, ਰਾਮ ਰਸਾਇਣ ਪੀਵਤ ਵੀਰ, ਅਰਕੇ ਚਰਨ ਹਿਰਦੈ ਕਰ ਓਟ, ਅਰਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਵਤ ਛੋਟ, ਜਨਮ ਮਰਨ ਤੇ ਹੋਵਤ ਛੋਟ, ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ, ਰਾਮ ਰੰਗ ਨਿਰਮਲ ਪ੍ਰਤਾਪ, ਸਾਧ ਸੰਗ ਮਿਟ ਜਾਤ ਵਿਕਾਰ, ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ, ਸਭ ਤੇ ਊਚ ਇਹੋ ਉਪਕਾਰ, ਪ੍ਰੇਮ ਭਗਤ ਰਾਤੇ ਗੋਪਾਲ, ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚ ਸਾਦਰ ਵਾਲ, ਨਾਨਕ ਜਾਚ ਸਾਦਰ ਵਾਲ। ਗੌੜੀ ਮਹੱਲਾ ਪੰਜਵਾਂ, ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਵੀਰ। ਪੰਚਮ ਪਾਤਸ਼ਾਹ ਕਹਿੰਦੇ ਉਹ ਮਤ ਜਿਹੜੀ ਹੈ ਸਹੀ ਮਾਇਨਿਆਂ ਵਿੱਚ ਨਿਰਮਲ ਹੈ, ਪਵਿੱਤਰ ਹੈ, ਧੀਰਜ ਵਾਲੀ ਕਹੀ ਜਾ ਸਕਦੀ ਹੈ।
ਕਿਹੜੀ? ਰਾਮ ਰਸਾਇਣ ਪੀਵਤ ਵੀਰ। ਇਹ ਵੀਰ ਜਿਹੜੇ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਪੀਂਦੇ ਨੇ, ਉਹ ਜਿਹੜੀ ਰਸ ਹੈ ਪੀਣ ਵਾਲੀ ਹੈ, ਪ੍ਰੇਮ ਰਸ, ਨਾਮ ਰਸ, ਉਹ ਰਸ ਨੂੰ ਪੀਣ ਵਾਲੀ ਮਤ ਜਿਹੜੀ ਹੈ ਸਹੀ ਮਨਿਆਂ ਵਿੱਚ ਧੀਰਜ ਵਾਲੀ ਹੈ ਤੇ ਨਿਰਮਲ ਹੈ। ਹਰ ਕੇ ਚਰਨ ਹਿਰਦੈ ਕਰਿ ਓਟ। ਹਰੀ ਦਾ ਮਾਰਗ ਜਿਹੜਾ ਹੈ ਉਹ ਹਿਰਦੇ ਦੀ ਓਟ ਲੈ ਉੱਠ। ਜਨਮ ਮਰਨ ਤੇ ਹੋਵਤ ਛੋਟ, ਤੇਰਾ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਏਗਾ। ਓਟ ਲੈਣੀ ਹੈ ਤੇ ਹਰੀ ਦੇ ਚਰਨਾਂ ਦੀ ਲੈ, ਉਸ ਮਾਰਗ ਦੀ ਲੈ। ਰਹਾਓ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਨਹਾਉਣ ਨਾਲ ਤਨ ਨਿਰਮਲ ਨਹੀਂ ਹੁੰਦਾ, ਨਿਰਮਲ ਉਦੋਂ ਹੁੰਦਾ ਹੈ ਜਦੋਂ ਮਨ ਅੰਦਰੋਂ ਪਾਪ ਖਤਮ ਹੋ ਜਾਣ। ਪਾਪ ਕੀ ਨੇ? ਸਾਡੇ ਆਪ ਨੂੰ ਆਪ ਮਨ ਵਿੱਚੋਂ ਉਪਜੀਆਂ ਹੋਈਆਂ ਸੋਚਾਂ, ਭੈੜੀਆਂ ਜਾਂ ਚੰਗੀਆਂ, ਇਹਦੇ ਤੇ ਸਾਡਾ ਵੱਸ ਨਹੀਂ। ਕਿਉਂ? ਕਿਉਂਕਿ ਕਈ ਜਨਮਾਂ ਤੋਂ ਇਹ ਮਨ ਤੁਰਿਆ ਹੋਇਆ ਹੈ। ਕਿਸਾਨ ਜਿਹੜਾ ਹੈ ਉਹ ਕਣਕ ਬੀਜਦਾ ਹੈ, ਧਰਤੀ ਨੂੰ ਵਾਹੁੰਦਾ ਹੈ, ਸਵਾਰਦਾ ਹੈ ਤੇ ਸਿਰਫ ਕਣਕ ਬੀਜਦਾ ਹੈ, ਪਰ ਕਾਂਗਿਆਰੀ ਆਪਣੇ ਆਪ ਹੋ ਜਾਂਦੀ ਹੈ, ਗੁੱਲੀ ਡੰਡਾ ਆਪਣੇ ਆਪ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਬੀਜਦੇ ਤੇ ਹਾਂ, ਨਾ ਕੋਸ਼ਿਸ਼ ਕਰਦੇ ਹਾਂ, ਪਰ ਨਾਲ ਵਿਕਾਰ ਨੇ ਜਿਹੜੇ ਉਹ ਆਪਣੇ ਆਪ ਹੁੰਦੇ ਨੇ, ਉਹਨਾਂ ਨੂੰ ਕੁੱਟਣਾ ਹੁੰਦਾ ਹੈ, ਉਹਨੂੰ ਕੱਢਣਾ ਹੁੰਦਾ ਹੈ। ਤੇ ਜਦੋਂ ਉਹ ਖਤਮ ਹੋ ਜਾਣ ਤੇ ਭਾਈ ਜਿਹਨਾਂ ਉੱਤੇ ਕਿਰਪਾ ਕਰਦਾ ਮਹਾਰਾਜ, ਉਹ ਨਾਮ ਜਪਣ ਵਾਲੇ ਨੇ ਜਿਹੜੇ, ਉਸ ਰਸਾਇਣ ਨੂੰ ਪੀਣ ਵਾਲੇ ਨੇ ਜਿਹੜੇ, ਤੇ ਪਾਤਸ਼ਾਹ ਬਾਬ ਦੱਸਦੇ ਉਹਨਾਂ ਨੂੰ ਕਿ ਸੋ ਤਨ ਨਿਰਮਲ, ਉਹਨਾਂ ਦਾ ਤਨ ਵੀ ਨਿਰਮਲ ਹੈ ਕਿਉਂਕਿ ਉਹਨਾਂ ਅੰਦਰ ਪਾਪ ਦੀ ਬਿਰਤੀ ਉਪਜਦੀ ਹੋਈ ਨਹੀਂ ਕੋਈ। ਰਾਮ ਰੰਗ ਨਿਰਮਲ ਪ੍ਰਤਾਪ, ਕਿਉਂਕਿ ਪਰਮਾਤਮਾ ਦਾ ਰੰਗ ਚੜਿਆ, ਉਹਨਾਂ ਦਾ ਪ੍ਰੇਮ ਉਸ ਮਾਲਕ ਨਾਲ ਹੈ, ਇਸ ਕਰਕੇ ਉਹਦਾ ਪ੍ਰਤਾਪ ਹੈ, ਉਹਨਾਂ ਦਾ ਪ੍ਰਭਾਵ ਹੈ ਉਹਦੇ ਉੱਤੇ ਪੂਰਾ, ਉਹ ਚੀਜ਼ ਪੈਦਾ ਹੀ ਨਹੀਂ ਹੁੰਦੀ। ਸਾਧ ਸੰਗ ਮਿਟ ਜਾਤ ਵਿਕਾਰ। ਸਾਧ ਸੰਗ ਵਿੱਚ ਆ ਕੇ ਕਹਿੰਦੇ ਵਿਕਾਰ ਮਿਟ ਗਏ, ਜਾਤ ਦਾ ਅਭਿਮਾਨ ਮਿਟ ਗਿਆ। ਸਭ ਤੇ ਉੱਚੇ ਹੋ ਉਪਕਾਰ, ਸਭ ਤੋਂ ਵੱਡਾ ਉਪਕਾਰ ਹੀ ਹੋਇਆ ਸਾਡੇ ਤੇ ਉਸ ਮਾਰਗ ਦਾ ਵੱਡਾ ਵਿਕਾਰ ਉਪਕਾਰ ਪੈਦਾ ਕੀਤਾ ਉਹਨੇ ਕਿ ਸਾਡੇ ਅੰਦਰੋਂ ਵਿਕਾਰ ਚਲੇ ਗਏ। ਪ੍ਰੇਮ ਭਗਤ ਰਾਸੇ ਗੋਪਾਲ, ਨਾਨਕ ਜਾਚੈ ਸਾਧਰਵਾਲ। ਪੰਚਮ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਮੁਖ ਪਿਆਰਿਆਂ ਦੀ ਚਰਨ ਧੂੜ ਮੰਗਦਾ ਜਿਹੜੇ ਤੇਰੇ ਪ੍ਰੇਮ ਵਿੱਚ ਰੱਤੇ ਹੋਏ ਨੇ, ਭਿੱਜੇ ਹੋਏ ਨੇ, ਉਹਨਾਂ ਦੀ ਚਰਨ ਧੂੜ ਭਾਵ ਉਹਨਾਂ ਦੀ ਸੰਗਤ ਸਾਨੂੰ ਵੀ ਦੇਣ। ਤੇਰੇ ਕੋਲੋਂ ਅਸੀਂ ਜਾਚਦੇ ਹਾਂ, ਮੰਗਦੇ ਹਾਂ, ਇਹ ਪ੍ਰਭੂ ਕਿਰਪਾ ਕਰੋ ਸਾਨੂੰ ਉਹਨਾਂ ਦੀ ਸੰਗਤ ਦੇਣੀ ਕਰੋ ਜੀ। ਗੌੜੀ ਮਹੱਲਾ ਪੰਜਵਾਂ, ਗੌੜੀ ਮਹੱਲਾ ਪੰਜਵਾਂ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲੈ ਪੂਰਨ ਬੜ ਭਾਗੀ, ਮੇਲ ਲੈ ਪੂਰਨ ਬੜ ਭਾਗੀ, ਭਗਤਾ ਪੇਖ ਵਿਕਸੈ ਜਿਉ ਨਾਰੀ, ਭਗਤਾ ਪੇਖ ਵਿਕਸੈ ਜਿਉ ਨਾਰੀ, ਹਰ ਜਨ ਜੀਵੈ ਨਾਮ ਚਿਤਾਰੀ, ਹਰ ਜਨ ਜੀਵੈ ਨਾਮ ਚਿਤਾਰੀ, ਭੂਤ ਪੇਖ ਜਿਉ ਜੀਵਤ ਮਾਤਾ, ਭੂਤ ਪੇਖ ਜਿਉ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉ ਰਾਤਾ, ਓਤ ਪੋਤ ਜਨ ਹਰ ਸਿਉ ਰਾਤਾ, ਲੋਭੀ ਆਨੰਦ ਕਰੇ ਪੇਖ ਤਨਾ, ਲੋਭੀ ਆਨੰਦ ਕਰੇ ਪੇਖ ਤਨਾ, ਜਨ ਚਰਨ ਕਮਲ ਸਿਉ ਲਾਗੋ ਮਨਾ, ਜਨ ਚਰਨ ਕਮਲ ਸਿਉ ਲਾਗੋ ਮਨਾ, ਵਿਸਰ ਨਹੀਂ ਇੱਕ ਤਿਲ ਦਾ ਤਾਰ, ਵਿਸਰ ਨਹੀਂ ਇੱਕ ਤਿਲ ਦਾ ਤਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ, ਨਾਨਕ
ਪੌੜੀ ਮਹੱਲਾ ਪੰਜਵਾ ਐਸੀ ਪ੍ਰੀਤ ਗੋਬਿੰਦ ਸਿਉ ਲਾਗੀ ਮੇਲ ਲਏ ਪੂਰਨ ਵਡ ਭਾਗੀ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਪ੍ਰੀਤ ਲੱਗ ਗਈ ਉਸ ਗੋਬਿੰਦ ਨਾਲ ਉਸ ਪਿਆਰੇ ਨੇ ਸਾਨੂੰ ਆਪਣੇ ਨਾਲ ਮਿਲ ਲਿਆ ਸਾਡੇ ਵੱਡੇ ਭਾਗ ਹੋ ਗਏ ਸੰਸਾਰ ਦੀਆਂ ਉਦਾਹਰਨਾਂ ਦੇ ਕੇ ਮਹਾਰਾਜ ਸਮਝਾਉਂਦੇ ਨੇ ਤਾਂ ਕਿ ਸਾਨੂੰ ਸਮਝ ਆ ਜਾਏ ਕਿ ਪ੍ਰੀਤ ਕਿਸ ਤਰ੍ਹਾਂ ਲੱਗ ਗਈ ਕਿਵੇਂ ਹੋ ਗਿਆ ਮਨ ਉਸ ਮਾਲਕ ਨੂੰ ਮਿਲ ਕੇ ਕਿਵੇਂ ਖੁਸ਼ ਹੋ ਗਿਆ ਆਪਾਂ ਕੰਪੈਰੀਜ਼ਨ ਕਰਦੇ ਹਾਂ ਕਿਸੇ ਚੀਜ਼ ਨਾਲ ਤੁਲਨਾ ਕਰਦੇ ਹਾਂ ਕਿ ਜਿਸ ਤਰ੍ਹਾਂ ਇਹ ਹੋ ਗਿਆ ਜੀ ਆਹ ਚੀਜ਼ ਇਹਦੇ ਵਰਗੀ ਹੈ ਚਿੱਟਾ ਜੀ ਦੁੱਧ ਵਰਗਾ ਹੈ ਮਿੱਠਾ ਸ਼ਹਿਦ ਵਰਗਾ ਹੈ ਕੌੜਾ ਜ਼ਹਿਰ ਵਰਗਾ ਹੈ ਕਹਿੰਦੇ ਆ ਇਸ ਤਰ੍ਹਾਂ ਉਦਾਹਰਨਾਂ ਦੇ ਕੇ ਮਹਾਰਾਜ ਨੇ ਸਮਝਾਇਆ ਕਿ ਮੇਰੀ ਪ੍ਰੀਤ ਉਸ ਮਾਰਗ ਨਾਲ ਲੱਗ ਗਈ ਤੇ ਮੇਰਾ ਮਨ ਉਹਨੂੰ ਵੇਖ ਕੇ ਖੁਸ਼ ਹੁੰਦਾ ਹੈ ਆਨੰਦ ਲੈਂਦਾ ਹੈ ਕਿਸ ਤਰ੍ਹਾਂ ਲੈਂਦਾ ਹੈ ਰਹਾਉ ਦੀ ਪੰਕਤੀ ਕਹਿ ਕੇ ਮਹਾਰਾਜ ਅੱਗੋਂ ਉਦਾਹਰਨਾਂ ਦਿੰਦੇ ਨੇ ਫਿਰ ਰਹਾਉ ਭਰਤਾ ਪੇਖ ਬਿਕਸੈ ਜੋ ਨਾਰੀ ਤਿਉਂ ਹਰ ਜਨ ਜੀਵੈ ਨਾਮ ਚਿਤਾਰੀ ਜਿਸ ਤਰ੍ਹਾਂ ਆਪਣੇ ਪਤੀ ਨੂੰ ਵੇਖ ਕੇ ਔਰਤ ਖੁਸ਼ ਹੋ ਜਾਂਦੀ ਕਹਿੰਦੇ ਇਸੇ ਤਰ੍ਹਾਂ ਹੀ ਮੇਰਾ ਮਨ ਜਿਹੜਾ ਹੈ ਤਿਉਂ ਹਰ ਜਨ ਜੀਵੈ ਹਰੀ ਦਾ ਪਿਆਰਾ ਵੀ ਇਸ ਤਰ੍ਹਾਂ ਹੀ ਜਿਉਂਦਾ ਹੈ ਉਹਦੇ ਵਿੱਚ ਜੀਵਨ ਆ ਜਾਂਦਾ ਹੈ ਉਹਦੇ ਨਾਮ ਨੂੰ ਚੇਤੇ ਕਰਕੇ ਜਿਸ ਤਰ੍ਹਾਂ ਔਰਤ ਆਪਣੇ ਪਤੀ ਨੂੰ ਵੇਖ ਕੇ ਅੰਦਰੋਂ ਖੁਸ਼ ਫੁਲਾਰੇ ਵਿੱਚ ਆ ਜਾਂਦੀ ਕਹਿੰਦੇ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਚੇਤੇ ਕਰਕੇ ਮੇਰਾ ਮਨ ਜਿਹੜਾ ਹੈ ਜਿਹੜੇ ਤੈਨੂੰ ਸਿਮਰਨ ਵਾਲੇ ਨੇ ਜਿਹੜੇ ਉਹਨਾਂ ਦਾ ਮਨ ਜਿਹੜਾ ਹੈ ਉਹ ਇਸ ਤਰ੍ਹਾਂ ਆਨੰਦਦਾਇਕ ਹੋ ਜਾਂਦਾ ਹੈ ਪੂਤ ਪੇਖ ਜਿਉਂ ਜੀਵਤ ਮਾਤਾ ਪੋਤ ਪੋਤ ਜਨ ਹਰ ਸਿਉ ਰਾਤਾ ਦੂਜੀ ਉਦਾਹਰਨ ਵਾਰ ਦਿੰਦੇ ਨੇ ਕਿ ਜਿਸ ਤਰ੍ਹਾਂ ਆਪਣੇ ਪੁੱਤਰ ਨੂੰ ਵੇਖ ਕੇ ਮਾਤਾ ਜਿਉਂਦੀ ਆਮ ਕਰਕੇ ਵੇਖਦੇ ਆਪਾਂ ਮਾਤਾਵਾਂ ਕਹਿੰਦੀਆਂ ਨੇ ਗੱਲ ਕਿ ਅਸੀਂ ਤੇ ਜੀ ਇਹਨੂੰ ਦੇਖ ਵੇਖ ਕੇ ਜਿਉਂਦੇ ਜਿਉਣ ਦਾ ਮਤਲਬ ਹੁੰਦਾ ਹੈ ਕਿ ਵੇਖ ਕੇ ਇੰਨੀ ਖੁਸ਼ੀ ਹੈ ਕਿ ਇੰਨਾ ਆਨੰਦ ਹੈ ਕਿ ਇਸ ਤੋਂ ਅੱਗੇ ਕੋਈ ਖੁਸ਼ੀ ਹੋਈ ਨਹੀਂ ਹੈ ਤੇ ਮਾਰਗ ਨੇ ਜਿਸ ਤਰ੍ਹਾਂ ਆਪਣੇ ਪੁੱਤਰ ਨੂੰ ਵੇਖ ਕੇ ਮਾਤਾ ਖੁਸ਼ ਹੁੰਦੀ ਪੋਤ ਪੋਤ ਜਾਂ ਹਰ ਸਿਉ ਰਾਤਾ ਓਤ ਪੋਤ ਅੰਦਰੋਂ ਬਾਹਰ ਤਾਣਾ ਪੇਟਾ ਹੋਇਆ ਹੋਇਆ ਇੱਕਮਿਕ ਹੋਇਆ ਹੋਇਆ ਤੇਰਾ ਜਨ ਉਸ ਪਰਮਾਤਮਾ ਨਾਲ ਇੰਜੀ ਰੱਤਾ ਹੋਇਆ ਇੰਜੀ ਭਿੱਜਾ ਹੋਇਆ ਜਿਸ ਤਰ੍ਹਾਂ ਮਾਂ ਆਪਣੇ ਪੁੱਤਰ ਨਾਲ ਜੁੜੀ ਹੋਈ ਲੋਭੀ ਆਨੰਦ ਕਰੈ ਪੇਖ ਧਨਾ ਚਰਨ ਕਮਲ ਸਿਉ ਲਾਗੋ ਮਨਾ ਜਿਸ ਤਰ੍ਹਾਂ ਲੋਭੀ ਲਾਲਚੀ ਮਨੁੱਖ ਧਨ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਕਹਿੰਦੇ ਸਾਡਾ ਮਨ ਵੀ ਉਸ ਪਰਮਾਤਮਾ ਨਾਲ ਇੰਜੀ ਜੁੜਿਆ ਹੋਇਆ ਚਰਨ ਕਮਲ ਸਿਉ ਲਾਗੋ ਮਨਾ ਉਹਦੇ ਚਰਨ ਕਮਲਾਂ ਨਾਲ ਸਾਡਾ ਮਨ ਵੀ ਇੰਜ ਲੱਗਿਆ ਜਿਵੇਂ ਲੋਭੀ ਦਾ ਮਨ ਧਨ ਨਾਲ ਲੱਗਿਆ ਵਿਸਰ ਨਹੀਂ ਇੱਕ ਤਿਲ ਦਾ ਤਾਰ ਇਹ ਦਾਤਾਂ ਦੇਣ ਵਾਲਿਆ ਸਾਨੂੰ ਇੱਕ ਤਿਲ ਅੱਖ ਪਲਕਣ ਜਿੰਨਾ ਸਮਾਂ ਵੀ ਵਿਸਰਨਾ ਨਾਨਕ ਕੇ ਪ੍ਰਭ ਪ੍ਰਾਣ ਆਧਾਰ ਪੰਚਮ ਪਾਤਸ਼ਾਹ ਕਹਿੰਦੇ ਤੁਸੀਂ ਸਾਡੇ ਪ੍ਰਾਣਾਂ ਦੇ ਆਸਰੇ ਹੋ ਆਖਾਂ ਜੀਵਾਂ ਵਿਸਰੈ ਪਰ ਜਾਓ ਤੇਰੇ ਤੋਂ ਬਿਨਾਂ ਸਾਡੀ ਆਤਮਕ ਮੌਤ ਹੋ ਜਾਂਦੀ ਹੈ ਤੁਸੀਂ ਸਾਡੇ ਪ੍ਰਾਣਾਂ ਦੇ ਆਸਰੇ ਹੋ ਆਧਾਰ ਹੋ ਸਾਨੂੰ ਇੱਕ ਤਿਰ ਜਿਹਨੇ ਵੀ ਵਿਸਰੋ ਨਾ ਕਿਰਪਾ ਕਰੋ ਸਾਡੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਆਣੀ ਹਮ ਬਾਰਕ ਹਰ ਪ੍ਰਭ ਕੇ ਹੈ ਆਣੀ